ਬੋਲਾਂ ਮੈਮ, ਮੇਰੀ ਬੋਲਣ ਦੀ ਲੋੜ ਹਾਂ ਨਹੀਂ। ਬੋਲ ਤਾਂ ਤੂੰ ਮੈਨੂੰ। ਬੋਲ, ਤੂੰ ਹੁਣ ਤਾਂ ਕਹਾਣੀ ਦੱਸ ਰਹੀ ਸੀ, ਮੈਨੂੰ ਸੁਣਾ ਦੇ ਹੁਣ। ਕਹਾਣੀ ਮੈਂ ਜਿੱਥੇ ਅਸੀਂ ਪੜ੍ਹਦੀਆਂ ਸੀ ਉਹ ਜਗ੍ਹਾ ਥੋੜ੍ਹੀ ਭੂਤੀਆ ਜੀ ਆ। ਥੋੜ੍ਹੀ ਉੱਚੀ ਬੋਲ। ਜਿੱਥੇ ਮੈਂ ਪੜ੍ਹਦੀ ਹਾਂ ਹਾਂ ਉਹ ਜਗ੍ਹਾ ਇੱਕ ਕਾਫੀ ਭੂਤੀਆ ਜੀ ਆ, ਹਾਂ ਮਤਲਬ ਉੱਥੇ ਇੱਕ ਆਤਮਾ ਦਾ ਵਾਸ ਆ। ਅੱਛਾ। ਅਤੇ ਉਹ ਜਿਹੜੇ ਆਤਮਾ, ਜਿੱਦਾਂ ਉੱਥੇ ਨਾ ਹਰ ਸਾਲ ਐਕਸੀਡੈਂਟ ਬਹੁਤ ਹੁੰਦੇ ਆ, ਮਤਲਬ ਅੱਛਾ, ਸਾਲ 'ਚ ਇੱਕ ਐਕਸੀਡੈਂਟ ਇੱਦਾਂ ਦਾ ਹੋਣਾ ਜਿਹੜਾ ਬਹੁਤ ਹੀ ਭਾਰੀ ਹੋਣਾ ਆ, ਮਤਲਬ ਮੌਤ ਹੋਣੀ ਹੋਣੀ ਆ। ਮੌਤ ਹੋਣੀ ਹੀ ਹੋਣੀ ਆ, ਅੱਛਾ, ਉਹ ਜਿਹਦਾ ਵੀ ਐਕਸੀਡੈਂਟ ਹੋਣਾ ਔਰ ਉਹਦੀ ਮੌਤ ਹੋਣੀ ਹੀ ਹੋਣੀ ਆ। ਬਾਕੀ ਇਹਨੂੰ ਪੁੱਛ ਲੈਂਦੇ ਹਾਂ। ਨਹੀਂ ਇਹ ਤਾਂ ਪਰ ਮੇਨ ਕਹਾਣੀ ਦੱਸਣਾ, ਮੇਨ ਹੋਇਆ ਕਹਾਣੀ ਇਹੀ ਕਾਹਤੇ ਹੁੰਦੇ ਮੇਨ ਐਕਸੀਡੈਂਟ? ਐਕਸੀਡੈਂਟ ਤਾਂ ਹੁੰਦੇ ਉੱਥੇ, ਉੱਥੇ ਇੱਕ ਕਾਫੀ ਸਾਲ ਪਹਿਲਾਂ ਉੱਥੇ ਇੱਕ ਐਕਸੀਡੈਂਟ ਹੋਇਆ ਸੀ ਜਿਹਦੇ ਸਕੂਲ ਦੇ ਇੱਕ ਬੱਚਾ ਸੀਗਾ ਕਿ ਜੇ ਉਹ ਬੱਚੀ ਹੈ ਨਾ, ਮਤਲਬ ਕਿ ਰੋਡ ਕ੍ਰੋਸ ਕਰਨ ਲੱਗੀ ਸੀਗੀ, ਰੋਡ ਕ੍ਰੋਸ ਕਰਦੀ ਦਾ ਉਹਦਾ ਮਤਲਬ ਕਿਸੇ ਬੱਸ ਵਾਲੇ ਨੇ ਉਹਦੇ ਆ ਕੇ ਮਾਰਿਆ ਸੀਗਾ ਅਤੇ ਉੱਥੇ ਥਹੀਂ ਮੁੱਕ ਗਈ ਸੀਗੀ ਉਹ। ਅੱਛਾ। ਅਤੇ ਉਸ ਤੋਂ ਬਾਅਦ ਮਤਲਬ ਕਿ ਉਹ ਜਿਹੜੀ ਮਤਲਬ ਕਿ ਉਹ ਇੱਦਾਂ ਮਰੀ ਸੀਗੀ ਅਤੇ ਉਹ ਤਾਂ ਕਰਕੇ ਮਤਲਬ ਕਿ ਉਹਦੀ ਆਤਮਾ ਉੱਥੇ ਭਟਕਣ ਲੱਗ ਗਈ ਸੀਗੀ। ਉਹ ਜਿਹਨੂੰ ਵੀ ਦੇਖਦੀ ਸੀ ਹੱਸਦੇ ਖੇਲਦੇ ਬੱਚੇ ਨੂੰ, ਜਿਹੜਾ ਵੀ ਰੋਡ ਕ੍ਰੋਸ ਮਤਲਬ ਕਿ ਕਰਦਾ ਪਿਆ ਸੀਗਾ, ਇਕੱਲਾ ਬੱਚਾ ਹੁੰਦਾ ਸੀਗਾ ਉਹ, ਮਤਲਬ ਸ਼ਾਮ ਦੇ ਰਾਤ ਦੇ ਟਾਈਮ ਤਾਂ ਬਹੁਤ ਜ਼ਿਆਦਾ ਹੁੰਦੇ ਸੀਗੇ ਉੱਥੇ ਐਕਸੀਡੈਂਟ। ਅੱਛਾ। ਹਾਂਜੀ ਫਿਰ ਮਤਲਬ ਇਸ ਸਮੇਂ 'ਚ ਤਾਂ ਵੈਸੇ ਬਹੁਤ ਘੱਟ ਚੁੱਕੇ ਕਿਉਂਕਿ ਉੱਥੇ ਪੂਜਾ ਪਾਠ ਬਹੁਤ ਕਰਾਏ ਜਾਂਦੇ ਆ। ਅੱਛਾ 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 ਮਤਲਬ ਫਿਲਹਾਲ ਲਈ ਤਾਂ ਬਹੁਤ ਘੱਟ ਨੇ, ਮਤਲਬ ਸਾਲ 'ਚ ਇੱਕ ਤਾਂ ਹੋਣਾ ਹੀ ਆ ਸੜਕ ਪਲੇਨ ਆ ਹੋਣਾ। ਹਾਂ ਨਹੀਂ ਮੇਨ ਰੋਡ ਆ ਉਹ, ਹੈ ਤਾਂ ਪਲੇਨ ਹੀ ਆ ਪਰ ਐਕਸੀਡੈਂਟ ਇੱਕ ਐਕਸੀਡੈਂਟ ਜਗ੍ਹਾ ਕਿੱਦਾਂ ਹੁੰਦੇ ਆ? ਕਹਿੰਦੇ ਕਿ ਮਤਲਬ ਕਿ ਉੱਥੇ ਨਾ ਮਤਲਬ ਵੀ ਸ਼ਾਮ ਰਾਤ ਦੇ ਟਾਈਮ ਤਾਂ ਮਤਲਬ ਕਿ ਇੱਦਾਂ ਆ ਕਿ ਉੱਥੇ ਅਸੀਂ ਇੱਤਰ ਵਗੈਰਾ ਨਹੀਂ ਲਾ ਕੇ ਜਾ ਸਕਦੇ ਹੈਗੇ। ਮੈਂ ਜਾਂਦੀ ਹਾਂ ਫਿਰ ਹੁਣ ਉੱਥੇ ਇੱਤਰ ਲਾ ਕੇ, ਇੱਤਰ ਲਾ ਕੇ ਸਪੈਸ਼ਲ ਜਾ ਕੇ ਆਉਂਦੀ ਹਾਂ ਮੈਂ, ਕਹਿੰਦੇ ਸੀ ਹੈ ਨਾ ਦੇਖ ਕੇ ਆਉਂਦੀ ਹਾਂ ਜਗ੍ਹਾ ਇੱਤਰ ਲਾ ਕੇ, ਮਤਲਬ ਕਿ ਕਿਉਂਕਿ ਉਹ ਇੱਤਰ ਨਾਲ ਮਤਲਬ ਕਿ ਉਹ ਜ਼ਿਆਦਾ ਕਹਿੰਦੇ ਕਿ ਗਲੋਜ਼ ਆ ਜਾਂਦੇ ਆ। ਅੱਛਾ। ਜਿਹੜੇ ਭੂਤ ਪ੍ਰੇਤ ਹੁੰਦੇ ਆ ਇੱਤਰ ਤਾਂ ਮੈਂ ਥਾਂ ਥਾਂ 'ਤੇ, ਤਾਂ ਮੈਂ ਇੰਨੇ ਸਾਰੇ ਤਾਂ ਮੈਂ ਤਾਂ ਇੱਤਰ ਪਏ ਆ, ਕੋਈ ਨਾ ਤੂੰ ਵੀ, ਤੈਨੂੰ ਵੀ ਲਵਾਵਾਂਗੀ ਤੇ ਤੂੰ ਵੀ ਲਾਣੀ ਚੜੀ। ਚਾਹੀਦਾ ਹੈਗਾ ਐਡੀ ਸੇਮ। ਮੈਂ ਕਿਸੇ ਸ਼ੋਪ ਤੇ ਗਈ ਸੀ ਇੱਥੇ ਨਵੇਂ ਸ਼ਹਿਰ, ਹੁਣ ਜਿਹਦੀ ਗੱਲ ਆ ਮੈਂ ਚੰਡੀਗੜ੍ਹ ਜਾਣ ਤੋਂ ਪਹਿਲਾਂ ਉੱਥੇ ਮੈਨੂੰ ਇੱਕ ਲੇਡੀ ਨੂੰ ਕਿਹਾ, ਮੈਂ ਕਿਹਾ ਮੈਨੂੰ ਨਾ ਮਤਲਬ ਕਿ ਕੋਈ ਵੀ ਅੱਛੀ ਤਰ੍ਹਾਂ ਇੱਤਰ ਕੁਛ ਵੀ ਦੇ ਦਿਓ। ਕਹਿੰਦੇ ਤੁਸੀਂ ਇੱਤਰ ਨਾ ਲਾਓ ਵੀ ਹੈ ਨਾ, ਇੱਤਰ ਮਤਲਬ ਠੀਕ ਨਹੀਂ ਹੈਗਾ। ਫਿਰ ਮੈਂ ਉਹਨੂੰ ਪੁੱਛਿਆ ਕਾਹਤੇ, ਕਹਿੰਦੇ ਹੈ ਨਾ ਮੈਂ ਤੁਹਾਨੂੰ ਗੱਲ ਦੱਸਦੀ ਪਈ ਹਾਂ ਵੀ ਮਤਲਬ ਕਿ ਮੇਰੇ ਕਹਿੰਦੀ ਮਤਲਬ ਕਿ ਜਿਹੜੇ ਉਹਨਾਂ ਦੇ ਸਸੁਰ ਸੀਗੇ ਉਹਨਾਂ ਨੇ ਦੱਸਿਆ ਸੀਗਾ ਉਹਨਾਂ ਨੂੰ, ਕਹਿੰਦੇ ਮਤਲਬ ਨਾ ਇੱਕ ਇੱਥੇ ਲੇਡੀਜ਼ ਉੱਥੇ ਮਤਲਬ ਕਿ ਉਹਨਾਂ ਦੀ ਫੈਮਿਲੀ ਸੀਗੀ ਤੇ ਉਹ ਮਤਲਬ ਉਹ ਮਤਲਬ ਨਾ 20 ਵਾਲੀ ਤਾਂ ਤੂੰ ਮਤਲਬ ਬੋਲਤਾ ਵਿੱਚ ਅੱਗੇ ਬੋਲ ਕਹਾਣੀ ਬੋਲ ਕਹਾਣੀ। ਉਹ ਮਤਲਬ ਨਾ ਮਰ ਗਈ ਚੰਡੀਗੜ੍ਹ ਰੋਡ ਤੇ, ਉੱਥੇ ਹੀ ਮਤਲਬ ਉਹਨਾਂ ਦੀ ਨਾ ਫੈਮਿਲੀ ਫੈਮਿਲੀ ਉੱਥੇ ਹੀ ਮਤਲਬ ਰਹਿ ਗਈ ਸੀਗੀ। ਜਦੋਂ ਵੀ ਕਿਸੇ ਨੂੰ ਮਤਲਬ ਜਾਂਦੇ ਦੇਖਦੇ ਸੀਗੇ ਫੈਮਿਲੀ ਮੈਂਬਰਾਂ ਨੂੰ ਹੱਸਦੇ ਖੇਲਦੇ ਉਹਨੂੰ, ਉੱਥੇ ਹੀ ਮਤਲਬ ਘੁੰਮਦੇ ਰਹਿੰਦੇ ਹੁੰਦੇ ਸੀ। ਕਹਿੰਦੇ ਉਹਨਾਂ ਨੇ ਪੂਜਾ ਪਾਠ ਵੀ ਬਹੁਤ ਕਰਾਏ ਉਹਨਾਂ ਨੇ ਵੀ, ਪਰ ਕਹਿੰਦੇ ਉੱਥੇ ਵੀ ਫਿਰ ਵੀ ਇੱਦੇ ਐਕਸੀਡੈਂਟ ਹੁੰਦੇ ਆ, ਇੰਨੇ ਮਤਲਬ ਕਿ ਬਹੁਤ ਜ਼ਿਆਦਾ ਹੁੰਦੇ ਉੱਥੇ ਐਕਸੀਡੈਂਟ ਹਾਲੇ ਤੱਕ ਵੀ। ਕੋਈ ਨਾ ਜਾ ਕੇ ਆਉਂਦੇ ਹੋ ਜਗ੍ਹਾ 'ਚ ਦੇਖ ਕੇ ਆਉਂਦੇ ਕੀ ਹਿਸਾਬ ਆ ਇੱਤਰ ਮੇਨ ਜਿਹੜਾ ਇੱਤਰ ਲਾਉਂਦਾ ਸੀ ਨਾ ਇੱਤਰ, ਜ਼ਿਆਦਾ ਮੈਨੂੰ ਤਾਂ ਸਦੀਆਂ ਹੋ ਗਈ ਇੱਤਰ ਲਾਉਂਦੇ ਨੂੰ, ਮੈਨੂੰ ਤਾਂ ਨਹੀਂ ਚਿੰਬੜੀ ਅੱਜ ਤੱਕ ਕੋਈ ਚੜੇ। ਲੈ ਮੈਮ ਸਾਡੇ ਤਾਂ ਪਿੰਡ 'ਚ ਇਹ ਵੀ ਕਹਿਣਾ ਆ ਵੀ ਕਿਤੇ ਵੀ ਜਿੱਥੇ ਜਿੱਦਾਂ ਡੈਥ ਵਗੈਰਾ ਹੋਈ ਆ ਉੱਥੇ ਤਾਂ ਪਰਫਿਊਮ ਲਾ ਕੇ ਵੀ ਨਹੀਂ ਜਾਣਾ। ਮਤਲਬ ਕੋਈ ਵੀ ਇੱਦਾਂ ਦੀ ਚੀਜ਼ ਹੈ ਜਿੱਦਾਂ ਸਾਡੀ ਨਹਿਰ 'ਤੇ ਇੱਦਾਂ ਆ ਕਿ ਸਵੇਰੇ ਸਾਜਰੇ ਜਿੱਦਾਂ ਮਤਲਬ ਕਿ ਲੁੜਵਾ ਕਹਿੰਦੇ ਹੁੰਦੇ ਦੀਵਾਲੀ ਤੋਂ ਪਹਿਲਾਂ ਨਹੀਂ ਇੱਦਾਂ ਬਾਹਰ ਜਾਣੇ ਚਾਹੀਦਾ ਥੋੜ੍ਹੇ ਦਿਨ ਪਹਿਲਾਂ, ਕਿਉਂਕਿ ਇੱਦਾਂ ਹੁੰਦਾ ਹੈ ਕਿ ਲੋਕ ਉਦੋਂ ਕਹਿੰਦੇ ਟੂੰਗੇ ਟੰਬੜ ਬਹੁਤ ਲੱਗਦੇ ਹੁੰਦੇ ਆ। ਤੁਹਾਨੂੰ ਮੈਮ ਮੈਂ ਦੱਸਦੀ ਇੱਕ ਹੋਰ ਗੱਲ, ਅਸੀਂ ਹੁਣ ਰੋਜ਼ ਆਉਂਦੇ ਹਾਂ ਸਾਡੇ, ਤੁਸੀਂ ਦੇਖੀ ਆ ਸਾਡੇ ਉਹ ਆ ਪੁਲ ਆ, ਪੁਲ ਦੇ ਗੱਬੇ ਹਮੇਸ਼ਾ ਮਤਲਬ ਕਿ ਟੂਣਾ ਕੀਤਾ ਹੀ ਹੁੰਦਾ ਆ, ਚੌਰਸਤਾ ਹੈ ਨਾ, ਹਾਂ ਚਾਰ ਰਾਹ ਉੱਥੇ ਚੌਰਸਤਾ ਅੱਗੇ ਆ ਜਾਂਦਾ ਆ
ਇਹ ਤਾਂ ਫਿਰ ਇਹ ਮੇਨ ਫਿਰ ਨਦੀ ਵਾਲਾ ਹੋਣਾ ਫਿਰ ਅੱਗੇ ਬੰਦਾ ਹਾਂਜੀ ਚਰਸਤਾ ਸਾਡੇ ਹੈ ਇਹ ਇਹ ਐਦਾਂ ਇਹ ਜਿੱਦਾਂ ਪਿੰਡ ਦੀ ਸ਼ੁਰੂਆਤ ਆ ਕਹਿ ਲਓ ਤਾਂ ਵੀ ਥੋੜਾ ਫਰਕ ਪੈਂਦਾ ਕੋਈ ਨਾ ਤੈਨੂੰ ਅਸਲੀਆਂ ਕਹਾਣੀਆਂ ਮੈਂ ਸੁਣਾਉਂਗੀ ਤੈਨੂੰ ਕਿਸ ਦਿਨ ਹੁਣ ਤਾਂ ਉੱਥੇ ਹੈ ਨਾ ਠੇਕਾ ਬਣ ਗਿਆ ਪਰ ਫੇਰ ਵੀ ਰਾਤ ਨੂੰ ਹਲੇ ਵੀ ਹੁਣ ਤਾਂ ਥੋੜੇ ਪਹਿਲਾਂ ਨਾਲੋਂ ਸਹੀ ਆ ਪਰ ਲੇਕਿਨ ਇੱਕ ਦਿਨ ਨਾ ਅਸੀਂ ਆਪਣੇ ਨਾਨਕੇ ਤੋਂ ਆਉਂਦੇ ਸੀਗੇ ਮਕਾਨਦਪੁਰ ਤੋਂ ਇੱਧਰ ਨੂੰ ਆਉਂਦੇ ਸੀਗੇ ਅਸੀਂ ਤਾਂ ਉੱਥੇ ਚੁਰਸਤੇ ਦੇ ਵਿੱਚੋਂ ਅਸੀਂ ਮੇਰੇ ਪਾਪਾ ਜਿੱਦਣ ਉੱਥੇ ਹਨੇਰਾ ਜਿਹਾ ਸੀਗਾ 12:30 ਕੁਛ ਹੋਏ ਸੀਗੇ ਉਹਨਾਂ ਨੇ ਨਾ ਮਤਲਬ ਇੱਕ ਗੜਬੀ ਸੀਗੀ ਉਹ ਪਿੱਤਲ ਦੀ ਗੜਬੀ ਸੀਗੀ ਉਹ ਰੈਡ ਜਿਹਾ ਕੁਛ ਰੱਖਿਆ ਹੋਇਆ ਸੀਗਾ ਅਤੇ ਮੇਰੇ ਪਾਪਾ ਨੇ ਮਤਲਬ ਮੋੜ ਲਿਆ ਅਤੇ ਪਰ ਲੇਕਿਨ ਨਾ ਕਾਫੀ ਕਹਿੰਦੇ ਭਾਰਾ ਟੂਣਾ ਸੀਗਾ ਉਹ ਕੀਤਾ ਹੋਇਆ ਹਾਂ ਭਾਰਾ ਟੂਣਾ ਹੀ ਹੁੰਦਾ ਗੜਵੀ ਵਾਲਾ ਉਹਨਾਂ ਨੇ ਗੜਵੀ ਰੱਖੀ ਹੋਈ ਸੀ ਗੜਵੀ ਵਾਲਾ ਟੂਣਾ ਸਿੱਧਾ ਹੀ ਮੌਤ ਹੋ ਜਾਂਦੀ ਕਹਿੰਦੇ ਝਾੜੂ ਕਲਸ਼ ਰੱਖਿਆ ਹੋਇਆ ਪੂਰੇ ਇੱਦਾਂ ਉਹ ਬਣਾ ਕੇ ਜਿੱਦਾਂ ਕਿਸੇ ਦੇ ਕਿਉਂ ਨਾ ਅੱਧੇ ਬੇਵਕੂਫ ਨੇ ਮੈਂ ਦੇਖੇ ਵੈਸੇ ਮੈਂ ਸਾਡੇ ਤਾਂ ਮਤਲਬ ਇਹ ਚੀਜ਼ਾਂ ਹੁੰਦੀਆਂ ਬਹੁਤ ਔਰ ਪਤਾ ਨਹੀਂ ਇਹਦਾ ਇੱਕ ਇਹਦਾ ਸਮਝਦਾਰ ਸਰ ਪਤਾ ਨਹੀਂ ਕਿਹੜਾ ਸੀਨ ਪੜਾਉਂਦਾ ਉਹਨੇ ਕਿਹਾ ਸੀ ਵੀ ਅਸੀਂ ਤਾਂ ਇੱਦਾਂ ਦੀਆਂ ਚੀਜ਼ਾਂ ਕਹਿੰਦੇ ਚੱਕ ਕੇ ਲਿਆਉਂਦੇ ਹਾਂ ਮਤਲਬ ਅਸੀਂ ਡਰਦੇ ਹਾਂ ਇਹਨਾਂ ਚੀਜ਼ਾਂ ਤੋਂ ਸਰ ਚੱਕ ਲਿਆਉਂਦਾ ਹੈ ਦਾਲਾ ਦੂਲਾ ਕਹਿੰਦਾ ਅਸੀਂ ਘਰ ਅੱਗ ਬਣਾ ਲਈਦੀਆਂ ਜਿਹੜੀ ਕਮਜ਼ੋਰ ਹੁੰਦੇ ਨਾ ਉਹਨਾਂ 'ਤੇ ਹਾਵੀ ਹੁੰਦੀਆਂ ਚੀਜ਼ਾਂ ਇਹ ਚਲੋ ਕੋਈ ਨਾ ਅਗਲੀ ਵਾਰ ਤੈਨੂੰ ਕੋਈ ਵਧੀਆ ਜਿਹੀ ਕਹਾਣੀ ਮੈਂ ਦੱਸੂੰਗੀ ਐਡੀ ਖਾਸ ਨਹੀਂ ਸੀ ਪਰ ਕੋਈ ਨਾ ਤੁਸੀਂ ਸਾਡੇ ਇਸ ਕਹਾਣੀ ਨੂੰ ਇੱਕ ਫਿਲਮ 'ਚ ਲੈਣ ਦੀ ਕੋਸ਼ਿਸ਼ ਕਰ ਰਹੇ ਕਿਹੜੀ ਫਿਲਮ 'ਚ ਲੈਣ ਦੀ ਕੋਸ਼ਿਸ਼ ਕਰੀ ਮਾਰਾਂਗੇ ਇੱਕ ਚੱਲ ਛੱਡ ਤੂੰ ਬਸ ਆਹੀ ਕਹਾਣੀ ਸੀ ਕੋਈ ਨਾ ਹੋਰ ਹੋਰ ਫਿਰ ਰੋਜ਼ ਰੋਜ਼ ਇੱਕ ਇੱਕ ਹਾਂ ਫਿਰ ਇੱਕ ਇੱਕ ਕਹਾਣੀ ਇੱਕ ਇੱਕ ਰੋਜ਼ ਦੀ ਇੱਕ ਇੱਕ ਕਹਾਣੀ ਪਾਵਾਂਗੇ ਨਾ ਹੌਂਟਡ ਪਲੇਸ ਇਨ ਨਵਾਂ ਸ਼ਹਿਰ ਹੌਂਟਡ ਪਲੇਸਿਸ ਹੌਂਟਡ ਸਟੋਰੀਜ਼ ਇਨ ਪੰਜਾਬ ਮਾਈਕ ਨਹੀਂ ਮਾਈਕ ਮਾਈਕ ਹਾਂ ਵੀਡੀਓ ਰੋਕਦਾ ਨਾ ਹਾਂ ਨਹੀਂ ਸੋਚ ਲੈ ਬੋਲ ਕੀ ਸੋਚਣੀ ਆ ਮਾਈਕ 'ਚ ਸਭ ਸੁਣਾਈ ਦਿੰਦਾ ਆ ਹਾਂ ਇਹ ਕੋਈ ਭਾਬੀ ਵਾਲੀ ਗੱਲ ਦੱਸਦੀ ਭਾਬੀ ਫੜ ਲਈ ਭਾਬੀ ਰਹਿਣ ਦੇ ਕੱਲ੍ਹ ਨੂੰ ਸੁਣਾਂਗੇ ਭਾਬੀ ਵਾਲੀ ਕਹਾਣੀ ਫਿਰ ਪਾਵਾਂਗੇ ਠੀਕ ਆ ਆਪਾਂ ਨਾਲ ਆਪਣਾ ਤਿੰਨ ਤਿੰਨ ਜਾਣੇ ਇਕੱਠੇ ਹਾਂ ਇੱਕ ਜਗ੍ਹਾ 'ਤੇ ਬਹਿ ਜਾਂਗੇ ਹੈ ਨਾ ਹਨੇਰਾ ਕਰ ਦਾਂਗੇ ਸਾਈਡ 'ਤੇ ਥੋੜ੍ਹੀ ਰੋਸ਼ਨੀ ਪਾ ਦਾਂਗੇ ਫਿਰ ਗੱਲਾਂ ਕਰਾਂਗੇ ਹੱਥ ਫੜ ਕੇ ਗੱਬ 'ਚ ਗੱਬੇ ਹੋਈ ਜਾ ਬੋਰਡ ਰੱਖ ਦਾਂਗੇ ਅਸੀਂ ਖੁਦ ਡਰ ਜਾਂਦੇ ਹਾਂ ਚਲੋ ਕੋਈ ਨਾ ਪਹਿਲਾਂ ਮੈਂ ਆਹੀ ਵੀਡੀਓ ਪਾ ਦੇਣੀ ਬਾਕੀ ਵੀਡੀਓ ਬਾਅਦ 'ਚੋਂ ਪਾ ਦੇਣੀ ਹੈ 6:30 ਮਿੰਟ ਦੀ